उम्मीद करते हैं सब ठीक हो गए तो आप भी ठीक ठाक हाँ। गड्डी लोड करके टैंकी फुल करा के तुर पे आप जा रहे हैं सीधा इतों निकला है तुमकुर तुमकुर वाले रोड पर जा रहे हैं। हरियाली बहुत इतने दरख्त ही दरख्त लगे हैं। जंगल है जंगल खतरनाक जंगल। हम अं सलाह बनाई है एक आंदे आंदे ने बी बार्डर से आप धिंदर बहेगा उत्ते जाके लुक के जे कोई चढ़िया तो बिंडा सीधा सिर च चाहे वह पुलिस वाला ही हो कोई भी हो बाकी जे रात का टाइम होया तो दिने नहीं लौड़ लाइटा लगन लग गई टाइम हो गया पता नहीं किन्ना सत्त के करीब ही है सत्त साढ़े सत्त ने बाकी गड्डी ला के तुर ही तो व्यापारी का फोन आ भी आ कहना सोमवार सवेरे तीन चार बजे की मंडी ताी मैं क्या तो निकल तो लैन दे मामा मंडी करा दें तेरी अन्ना लाइटा मारदा आ रहा अखा मारदा आ रहा लाइटा क्यों तरपाल पाई आप तरपाल वाली गलोज ही होगी सारी देखो टाइम हो गया सत्त बज गए सवेर दे ते आपां पहुंच गए आपां इत्थे विजयपुर पहुंच गए ते अगे महाराष्ट्र शुरू हो जाना थोड़ी दूर बाद मैं तेल पवा ली आपां इत्थे ते तेल आएगा अपनी गड्डी च देखते हैं गड्डी कितनी चली है अपनी सिद्धू मूसे वाला सुनता है जी 3179 किलोमीटर चल गई है 3178 है 3179 ला लो 100 मीटर का ही फर्क है। देखते हैं कि आएगा इतने देखते हैं एवरेज की देती है इतने तक की पै गया 229 लीटर गड्डी माड़ी जी खिंच के रखी है एवरेज दी है 253 की वो भी तो क्योंकि गड्डी आप खिंच के रखी है राती इस करके 765 आए हैं। बाकी हुण चलना है आराम नाल दिन लो जी टाइम हो गया 9:09 तो कर्नाटक जो निकल के महाराष्ट्र च एंटर हो चले हैं हम अगे बार्डर आ जाना महाराष्ट्र का तो चला गया पीछे कर्नाटका सुता राती धिंदर ने चलाई तो हम बारी अपनी है हम मिलते हैं तुम चल के अगे महाराष्ट्र बार्डर से आ गए इतने महाराष्ट्र वाले बार्डर से
ਦੇ ਕੇ ਮੱਥਾ ਟੇਕ ਕੇ ਫਿਰ ਨਿਕਲਦੇ ਹਾਂ ਚੱਲ ਕੇ 100 ਕਿਲੋਮੀਟਰ ਫਿਰ ਕਰਾਂਗੇ ਟਾਇਰ ਠੰਡੇ ਜਿੱਥੋਂ ਰੋਟੀ ਖਾ ਕੇ ਚੱਲੇ ਹਾਂ ਅਸੀਂ 44 ਕਿਲੋਮੀਟਰ ਆ ਗਏ ਹਾਂ ਉੱਥੋਂ ਭਿੰਦਰ ਉਸਤਾਦ ਜੀ ਸੌ ਰਹੇ ਹਾਂ ਆਪਾਂ ਗਾਣੇ ਸੁਣਦੇ ਪਏ ਹਾਂ ਪਿਛਲਾ ਬਾਰਡਰ ਦੇ ਮੈਂ ਧਿਆਨ ਹੀ ਨਹੀਂ ਰਿਹਾ ਮੈਂ ਬਾਹਰੋਂ ਬਾਹਰ ਖਿੱਚਦੀ ਸੀ ਉਹਦੇ ਬਾਅਦ 'ਚ ਅੱਗੇ ਖੜਾ ਹੋਇਆ ਫਿਰ ਮੈਂ ਬੈਕ ਕਰਕੇ ਦੁਬਾਰਾ ਲਾਈ ਲੈਣ 'ਚ ਪਤਾ ਹੀ ਲੱਗਿਆ ਬਾਰਡਰ ਦਾ ਕਦੋਂ ਬਾਰਡਰ ਆ ਗਿਆ ਚਲੋ ਮਿਲਦੇ ਹਾਂ ਚੱਲ ਕੇ ਤੁਹਾਨੂੰ ਅੱਗੇ ਬਾਰਡਰ ਪਾਰ ਕਰਕੇ ਲਓ ਜੀ ਮਹਾਰਾਸ਼ਟਰ ਬਾਰਡਰ ਵੀ ਪਾਰ ਕਰ ਲਿਆ ਆਪਾਂ ਇੱਥੇ ਇਹਨਾਂ ਨੇ ਲਿਆ ਸਾਡੇ ਤੋਂ 700 ਰੁਪਇਆ ਪਿਛਲੇ ਵਾਲਿਆਂ ਨੇ ਲਿਆ ਕਰਨਾਟਕ ਵਾਲਿਆਂ ਨੇ 1300 ਕਹਿੰਦਾ ਬਈ ਨਾਰੀਅਲ ਵਾਲੀ ਗੱਡੀ ਤੋਂ 300 ਰੁਪਇਆ ਫਾਲਤੂ ਲੈਂਦੇ ਹਾਂ ਅਸੀਂ ਅਤੇ ਮੰਨਿਆ ਨਹੀਂ ਅਤੇ ਮੈਂ ਵੀ ਜ਼ਿਆਦਾ ਬਹਿਸ ਨਹੀਂ ਕੀਤੀ ਮੈਂ ਟਾਈਮ ਖਰਾਬ ਕਰਨ ਦਾ ਕੀ ਫਾਇਦਾ ਅਤੇ ਆਪਾਂ ਇੱਥੋਂ ਲਈਆਂ ਕਿਸ਼ਮਿਸ਼ ਏਗਾਂ ਦੀਆਂ ਫੇਵਰੇਟ ਨੇ ਅਤੇ ਉਹਨੇ 100 ਰੁਪਏ ਦਿੱਤੇ 2 ਪੈਕਟ ਅਤੇ ਮੈਂ ਚੱਲ ਲੈ ਲਏ 200 ਦੇ ਕਹਿੰਦਾ ਸੀ ਮੈਂ 100 ਦੇ ਦੇ ਬਾਕੀ ਤਾਂ ਉਹ ਹੋਰ ਘੱਟ ਦੇ ਵੀ ਦਿੰਦਾ ਮੈਂ ਚੱਲ ਕੋਈ ਗੱਲ ਨਹੀਂ ਯਾਰ ਉਹ ਵੀ ਵਿਚਾਰਾ ਧੁੱਪੇ ਘੁੰਮਦਾ ਪਿਆ ਪੈਸਿਆਂ ਵਾਸਤੇ ਹੀ ਵੈਸੇ ਵੀ ਤਾਂ ਬਾਰਡਰਾਂ ਦੇ ਵੀ 200-200 300-300 ਫਾਲਤੂ ਧੱਕੇ ਨਾਲ ਲੈ ਜਾਂਦੇ ਆ ਉਹਨਾਂ ਅੱਗੇ ਕਿਹੜਾ ਆਪਣੀ ਚੱਲਦੀ ਆ ਅਤੇ ਹੁਣ ਚੱਲਦੇ ਹਾਂ ਹੌਲੀ ਹੌਲੀ ਮਿਲਾਂ ਚੱਲ ਕੇ ਤੁਹਾਨੂੰ ਅੱਗੇ ਟਾਇਰ ਟੂਰ ਦੇਖਾਂ 100 ਕਿਲੋਮੀਟਰ ਸਫ਼ਰ ਕਰਾਂਗੇ ਉਸ ਤੋਂ ਬਾਅਦ ਰੁਕਾਂਗੇ ਲਓ ਜੀ ਟਾਈਮ ਹੋ ਗਿਆ 2:38 ਅਤੇ ਆਪਾਂ ਬੀੜ ਵਾਲੇ ਘਾਟ ਦੇ ਵਿੱਚ ਪਹੁੰਚ ਗਏ ਹਾਂ ਡਾਊਨ ਉਤਰਦੇ ਰਹੇ ਹਾਂ 3 ਨੰਬਰ 'ਚ ਕਿਉਂਕਿ ਟਾਇਰ ਗਰਮ ਨੇ ਜੇ ਵੱਡੇ ਗੇਅਰ 'ਚ ਤਾਰਾਂ ਏ ਜ਼ਿਆਦਾ ਬ੍ਰੇਕ ਲਾਉਣੀ ਪਏਗੀ ਅਤੇ ਡਰੰਮ ਗਰਮ ਹੋਣਗੇ ਹੋਰ ਜ਼ਿਆਦਾ ਟਾਇਰਾਂ ਨੂੰ ਸੇਕ ਪਏਗਾ ਇਸ ਕਰਕੇ ਪੋਲੀ ਪੋਲੀ ਬ੍ਰੇਕ ਨਾਲ ਅਤੇ ਨਾਲ ਲਾਇਆ ਕੰਟਰੋਲਰ ਉਤਰਦੇ ਪਏ ਹਾਂ ਛੋਟੀ ਇਹਦੇ 'ਚ ਹੀ ਹੈ ਵੱਡੀ ਨੇ ਉਹਦੀ ਪਾਤੀ ਕੂਲਰ 'ਚ ਵੱਜ ਗਏ 58 ਮਿੰਟ ਪੂਰੇ ਮਤਲਬ ਕਿ 5 ਵੱਜ ਗਏ ਆ ਤੇਰਾ ਬੇੜਾ ਗਰਕ ਹੋ ਜਾਏ ਤੇਰਾ ਕੁੱਤਿਆ ਅਤੇ ਆਪਾਂ ਪਹੁੰਚ ਗਏ ਹਾਂ ਔਰੰਗਾਬਾਦ ਦੇ ਲਾਗੇ 100 ਕਿਲੋਮੀਟਰ ਦੇ ਕਰੀਬ ਰਹਿ ਗਿਆ ਅਤੇ ਆਪਾਂ ਹੁਣ ਤੱਕ 23 ਘੰਟੇ ਹੋ ਗਏ ਆਪਾਂ ਨੂੰ ਚੱਲਿਆ ਅਤੇ 900 ਕਿਲੋਮੀਟਰ ਸਫ਼ਰ ਕੱਢ ਆਏ ਹਾਂ ਭਿੰਦਰ ਬਾਈ ਸੁੱਤਾ ਹੋਇਆ ਜਦ ਆਪਣੇ ਆਪ ਉੱਠੇਗਾ ਆਪਾਂ ਨਹੀਂ ਖਾਣਾ ਇਹਨੂੰ ਜਦੋਂ ਇਹਦਾ ਨੀਂਦ ਪੂਰੀ ਹੋ ਜਾਏਗੀ ਉਦੋਂ ਆਪੇ ਉੱਠ ਜਾਏਗਾ ਅਤੇ ਇਸੇ ਕਰਕੇ ਆਪਾਂ ਜ਼ਿਆਦਾ ਮਤਲਬ ਭਕਾਈ ਮਾਰੀ ਨਹੀਂ ਸਾਰਾ ਦਿਨ ਮੈਂ ਵੀਡੀਓ ਵਗੈਰਾ ਬਣਾਈ ਨਹੀਂ ਮੈਂ ਬੰਦਾ ਡਿਸਟਰਬ ਨਹੀਂ ਹੋਣਾ ਚਾਹੀਦਾ ਇਸ ਕਰਕੇ ਅਤੇ ਕਿਉਂਕਿ ਕੁਛ ਵਲੋਗ ਆਪਣੇ ਕੋਲ 2 ਬਣੇ ਪਏ ਨੇ ਉਹ ਹੀ ਨਹੀਂ ਹਾਲੇ ਤੱਕ ਪਏ ਉਹ ਪਾਵਾਂਗੇ ਡੇਲੀ ਇਸ ਕਰਕੇ ਨਹੀਂ ਪਾਇਆ ਕਿਉਂਕਿ ਡੇਲੀ ਪਾਉਣ ਨਾਲ ਮੇਰੇ ਹਿਸਾਬ ਨਾਲ ਕੋਈ ਫਾਇਦਾ ਨਹੀਂ ਕਿਉਂਕਿ 2-1 ਦਿਨ ਛੱਡ ਕੇ ਪਾਉਂਦੇ ਹਾਂ ਅਤੇ 4,000-3500-4,000 ਵਿਊ ਹੋ ਜਾਂਦੇ ਨੇ ਜੇ ਡੇਲੀ ਪਾਈਏ 2,000-2500 ਤੋਂ ਉੱਤੇ ਜਾਂਦੇ ਨਹੀਂ ਇਸ ਕਰਕੇ ਆਪਾਂ ਵਲੋਗ ਕੱਲ੍ਹ ਨਹੀਂ ਪਾਇਆ ਅਤੇ ਅੱਜ ਵਲੋਗ ਪਾਵਾਂਗੇ ਅੱਜ ਤਰੀਕ ਹੈ 8-9 ਤਰੀਕ ਅੱਜ ਅੱਜ 9 ਜੂਨ ਆ ਸਟਿੰਗ ਪੀਓ ਗਰਮੀ ਬਹੁਤ ਆ ਚਾਹ ਨੂੰ ਕਰ ਦਿਓ ਬਾਏ ਬਾਏ ਹੁਣ ਮਿਲਦੇ ਹਾਂ ਤੁਹਾਨੂੰ ਚੱਲ ਕੇ
ਕੰਨੜ ਘਾਟ ਚ ਡੋਨ ਉਤਰਾਂਗੇ। ਪਿਛਲੇ ਕਮੈਂਟ ਚ ਤੁਸੀਂ ਕਹਿੰਦੇ ਸੀ ਬਈ ਡੋਨ ਕਿੱਦਾਂ ਉਤਰੇ, ਤੁਸੀਂ ਦਿਖਾਇਆ ਹੀ ਨਹੀਂ। ਉਧਰੋਂ ਆਉਂਦੇ ਆ ਬਈ ਡੋਨ ਪੈਂਦਾ ਹੀ ਨਹੀਂ, ਦਿਖਾਣਾ ਕੀ ਸੀ। ਹੁਣ ਇਧਰੋਂ ਜਾਂਦੇ ਆ ਡੋਨ ਪੈਣਾ, ਫਿਰ ਤੁਹਾਨੂੰ ਦਿਖਾਵਾਂਗੇ ਦੂਜੇ ਨੰਬਰ ਚ ਉਤਰੇਗੀ ਕਿ ਤੀਜੇ ਨੰਬਰ ਚ ਉਤਰੇਗੀ। ਤਾਰਨ ਨੂੰ ਤੀਜੇ ਚ ਵੀ ਤਾਰ ਦਾਂਗੇ, ਉਹਦਾ ਫਾਇਦਾ ਕੀ, ਗੱਡੀ ਤੰਗ ਹੋਏਗੀ ਅਸੀਂ ਵੀ ਤੰਗ ਹੋਵਾਂਗੇ ਜੇ ਗੱਡੀ ਤੰਗ ਹੋਏਗੀ। ਇਸ ਤੋਂ ਚੰਗਾ ਨਾ ਗੱਡੀ ਨੂੰ ਤੰਗ ਕਰੋ ਨਾ ਆਪ ਤੰਗ ਹੋ, ਆਰਾਮ ਨਾਲ ਤਾਰੋ, ਆਪਣੀ ਸੇਫਟੀ ਵੀ ਆ ਦੇ, ਕਿਉਂਕਿ ਡੋਨ ਲੰਬਾ ਮੋੜ ਜ਼ਿਆਦਾ ਨੇ, ਰੋਡ ਸਿੰਗਲ ਹੈ। ਜ਼ਿਆਦਾ ਸਪੀਡ 'ਚ ਤਾਰਾਂਗੇ ਲੈਦਰ ਜ਼ਿਆਦਾ ਗਰਮ ਹੋਣਗੇ, ਬਰੇਕਾਂ ਘੱਟ ਲੱਗਣਗੀਆਂ। ਆਰਾਮ ਨਾਲ ਤਾਰਾਂਗੇ, ਇੰਜਨ ਬਰੇਕ ਛੋਟੇ ਗੇਅਰ 'ਚ ਜ਼ਿਆਦਾ ਕੰਮ ਕਰੇਗੀ, ਵੱਡੇ ਗੇਅਰ 'ਚ ਘੱਟ ਕੰਮ ਕਰਦੀ ਆ। ਇਸ ਕਰਕੇ ਚਲੋ ਮਿਲਦੇ ਆ ਤੁਹਾਨੂੰ ਘਾਟ 'ਚ ਚੱਲ ਕੇ। ਲੋ ਜੀ ਟਾਈਮ ਹੋ ਗਿਆ ਪੂਰੇ, ਸ਼ਾਮ ਦੇ 7 ਵੱਜ ਗਏ ਆ ਅਤੇ ਕੰਨੜ ਘਾਟ ਰਹਿ ਗਿਆ ਇੱਥੋਂ 8 ਕਿਲੋਮੀਟਰ। ਭਿੰਦਰ ਨੂੰ ਆਪਾਂ ਉਤਾਰਤਾ, ਲੈ ਕੱਲ ਚੱਕਣ ਚੁੱਕ ਲਈ। ਟਾਇਰ ਦੇਖ ਲਈਏ, ਤੁਸੀਂ ਕਹਿੰਦੇ ਹੋ ਗਏ ਬਈ ਕਮਾਲ ਦਾ ਬੰਦਾ ਜਿਉਂ ਚੱਲਿਆ ਉੱਥੋਂ, ਟਾਇਰ ਦੇਖੇ ਨਹੀਂ, ਟਾਇਰ ਦੇਖੇ ਪਰ ਮੈਂ ਵੀਡੀਓ ਨਹੀਂ ਬਣਾਈ। ਹੁਣ ਵੀਡੀਓ ਹੀ ਬਣਾ, ਹੁਣ ਬਣਾਉਂਦੇ ਹਾਂ ਟਾਇਰ ਖੜਕਾਉਂਦਿਆਂ ਦੀ ਵੀਡੀਓ, ਕਿਉਂਕਿ ਵੀਡੀਓ ਜਦੋਂ ਬਣਦੀ ਨਾ ਟਾਇਰ ਖੜਕਾਉਂਦੇ ਹਾਂ ਉਦੋਂ ਟਾਇਰ ਨਹੀਂ ਦੇਖੇ ਜਾਂਦੇ, ਬੰਦੇ ਦਾ ਫੋਨ 'ਚ ਹੀ ਧਿਆਨ ਰਹਿੰਦਾ। ਅਤੇ ਇਸ ਕਰਕੇ ਗਰੀਸ ਕਰਾਉਣੀ ਆ ਗੱਡੀ ਨੂੰ, ਸਵੇਰੇ ਕਰਾਉਂਦੇ ਹਾਂ ਕਿਤੇ ਗਰੀਸ। ਅਤੇ ਮਿੱਤਰੋ ਸਫ਼ਰ ਕਰ ਲਿਆ ਆਪਾਂ ਪੂਰਾ 1000 ਤੋਂ ਪਲੱਸ, 24 ਘੰਟੇ ਹੋ ਚੱਲੇ ਨੇ 24.5। ਅਤੇ ਉੱਥੇ ਆਪਣੀ ਗੱਡੀ ਨੇ ਐਵਰੇਜ ਦਿੱਤੀ ਸੀ 2.75 ਦੀ, ਉਹ ਮੈਨੂੰ ਦੇਖਣ 'ਚ ਗਲਤੀ ਲੱਗ ਗਈ ਕਿ 229 ਲੀਟਰ ਤੇਲ ਪਿਆ, ਪਰ 202 ਲੀਟਰ ਤੇਲ ਪਿਆ ਸੀ ਆਪਣੀ ਗੱਡੀ 'ਚ। ਉੱਥੇ ਇੱਥੇ ਲਾਵਾਂਗੇ ਆਪਾਂ ਆਈਸਕ੍ਰੀਮ, ਨਾਲੇ ਟਾਇਰਾਂ ਨੂੰ ਥੋੜ੍ਹੀ ਜਿਹੀ ਹਵਾ ਲੱਗ ਜਾਏਗੀ, ਕਿਉਂਕਿ ਹੁਣ ਉਹ ਸਾਹਮਣੇ ਘਾਟ ਆ ਗਿਆ, ਘਾਟ ਉਤਰਨਾ ਅਤੇ ਤੁਹਾਨੂੰ ਪਤਾ ਹੀ ਆ ਲੈਦਰ ਹੋਣਗੇ ਗਰਮ ਦੁਬਾਰਾ ਅਤੇ ਟਾਇਰਾਂ ਨੂੰ ਸੇਕ ਲੱਗੇਗਾ। ਲੋ ਜੀ ਟਾਈਮ ਹੋ ਗਿਆ 7:32 ਅਤੇ ਆਪਾਂ ਚੜ੍ਹਨ ਲੱਗ ਗਏ ਹਾਂ ਇੱਧਰੋਂ ਘਾਟ, ਅਤੇ ਬਾਕੀ ਇੱਧਰੋਂ ਆਪਾਂ ਨੂੰ ਡਾਉਣ ਹੀ ਪੈਣਾ ਸਾਰਾ, ਉੱਧਰੋਂ ਆਉਂਦਿਆਂ ਚੜ੍ਹਾਈ। ਅਤੇ ਗੱਡੀ 'ਚ ਤੇਲ ਰਹਿ ਗਿਆ ਆਪਣਾ ਥੋੜ੍ਹਾ, ਮਤਲਬ 100 ਲੀਟਰ ਤੇਲ ਹੋਣਾ ਹਾਲੇ, ਐਸਾ ਵੀ ਨਹੀਂ ਥੋੜ੍ਹਾ ਕਿ ਖਤਮ ਹੀ ਹੋ ਗਿਆ। ਅਤੇ ਤੇਲ ਪਵਾਵਾਂਗੇ ਆਪਾਂ ਕਿੱਥੇ ਆ ਗਏ ਦਿੰਦਰ, ਬਾਹਰ ਆਰਡਰ ਜੀ ਪਵਾਵਾਂਗੇ ਤੇਲ, ਧੁਲੀਏ ਜਾ ਕੇ, ਧੁਲੀਏ ਦੇ ਨੇੜੇ ਤੇੜੇ ਜਾ ਕੇ, ਧੁਲੀਆ ਰਹਿ ਗਿਆ 90 ਕਿਲੋਮੀਟਰ ਜਾਂ ਧੁਲੀਏ ਜਾ ਕੇ, ਜਾਂ ਪਰ ਧੁਲੀਏ ਜਾ ਕੇ ਪਵਾ ਦਾਂਗੇ, ਕਿਉਂਕਿ ਅੱਗੇ ਪਲਾਸ ਨਹਿਰ ਚੜ੍ਹਾਈ ਪੈਣੀ ਆ ਆਪਾਂ ਨੂੰ, ਕਿਤੇ ਐਂ ਨਾ ਆਏ ਆਪਣੀ ਗੱਡੀ ਹਵਾ ਲੈ ਜੇ, ਕਿਉਂਕਿ ਰੇਟ ਅੱਗੇ ਵੀ ਇਹੀ ਹੈ ਅਤੇ 1-2 ਰੁਪਏ ਦਾ ਫਰਕ ਮੇਰੇ ਖਿਆਲ ਨਾਲ ਐਮ ਪੀ 'ਚ ਦੇ ਇੱਧਰ ਆਪਣਾ ਤੇਲ ਪਿਆ ਹੋਣਾ ਚਾਹੀਦਾ, ਫਿਰ ਟੈਨਸ਼ਨ ਖਤਮ ਰਹਿੰਦੀ ਆ ਬੰਦੇ ਦੀ। ਚਲੋ ਹੁਣ ਮਿਲਦੇ ਹਾਂ ਤੁਹਾਨੂੰ ਚੱਲ ਕੇ ਅੱਗੇ ਜਿੱਥੇ ਤੇਲ ਪਵਾਵਾਂਗੇ, ਜਾਂ ਫਿਰ ਤੁਹਾਨੂੰ ਦਿਖਾਵਾਂਗੇ ਘਾਟ ਕੈਸੇ ਉਤਰੇਗਾ ਗਾੜੀ ਦੂਸਰੇ ਗੇਅਰ ਮੇ। ਸਿੱਧੂ ਮੂਸੇਵਾਲਾ ਜਾਂਦਾ ਪਿਆ, ਉਹ ਤੁਹਾਨੂੰ ਨਹੀਂ ਸੁਣਾਉਣਾ ਸੀ, ਅਸੀਂ ਆਪ ਹੀ ਸੁਣਾ ਹੈ। ਅਤੇ ਇਸ ਟਾਈਮ ਵਿਊ ਦੇਖੋ, ਕੱਲ੍ਹ ਇਸ ਟਾਈਮ ਹੀ ਆਪਾਂ ਵਲੋਗ ਸ਼ੁਰੂ ਕੀਤਾ ਸੀ,
ਤੇ ਬਲੌਗ ਸ਼ੁਰੂ ਕੀਤੇ ਨੂੰ 24 ਘੰਟੇ ਹੋ ਗਏ ਨੇ ਆਪਾਂ ਨੂੰ ਦੇਖਿਆ ਲੀਆਂ ਹੋਈਆਂ ਬਹੁਤ ਬਣੀਆਂ ਨੇ ਗੱਡੀ ਇੱਧਰ ਉੱਧਰ ਭੱਜਦੀ ਆ ਲਓ ਜੀ ਆ ਗਏ ਆਪਾਂ ਘਾਟ ਦੇ ਵਿੱਚ ਬਸ ਸ਼ੁਰੂ ਹੋਈ ਚੱਲਿਆ ਹੁਣ ਡਾਊਨ ਹੀ ਉਤਰਨਾ ਫਿਲਹਾਲ ਤਾਂ ਪੰਜਵੇਂ ਗੇਅਰ 'ਚ ਜਾਂਦੇ ਪਏ ਹਾਂ ਪਰ ਅੱਗੇ ਜਾ ਕੇ ਹੋ ਜਾਵਾਂਗੇ ਆਪਾਂ ਵੀ ਹੌਲੀ ਹੌਲੀ
ਇੱਧਰ ਸਾਈਡ 'ਚ ਗੱਡੀ ਖੜੀ ਧਿੰਦਰ ਦਿਖਾਉਂਦਾ ਤੁਹਾਨੂੰ ਐਕਸੀਡੈਂਟ ਹੋਇਆ। ਇਹ ਦੇਖੋ ਜੀ ਕੀ ਹਾਲ ਹੋ ਗਿਆ ਗੱਡੀ ਦਾ, ਇਹ ਲਾਪਰਵਾਹੀ ਹੈ, ਭਜਾਉਂਦੇ ਆ ਰੁਕਦੀਆਂ ਹੈ ਨਹੀਂ ਹੈ, ਦੋਨੋਂ ਭਜਾਉਂਦੇ ਆ ਗੱਡੀਆਂ ਉਹੀ ਹੁੰਦਾ। सीट पई है जी गड्डी दी, आ देख लो कैबिन तो इसका नीचे चला गया जी, चासी चासी ऊपर रह गई ये नहीं भाई, कैबिन तो थले चला गया भाई, बाकी बंदा पता नहीं लापरवाही ना करया करो, 10 मिनट दी गाली पिछे अपनी जान गवा के बह जांदा बंदा, चढ़ाई दे भजाओ जिन्नी भजा सकते हो, चढ़ाई दे सारे गेयर पा दिया करो, कोई चक्कर वाली गल नहीं, टाप च चढ़ाओ जिथे चढ़ाई दे चढ़ानी दे सवाद ते फिर है ना, जे चढ़ाई दे भजाओ दी दौड़ च ते अपने आप भजी जांदी आ, गड्डी भजाण दी लोड़ ही नहीं पैंदी। टाइम हो गया 10:21 तो धुलिए को पहुँच गए, तो लगा जाम, पता नहीं किस चीज़ का जाम लगे, मेरे ख्याल ना गड्डी वाला कोई लै गया होना रोंग साइड, लो भाई धुलिए आ गए हैं, तो टैंकी लगे हैं फुल कराने, 209 लीटर हो गया, 200 डाल हो रहा है डाल 1500 कर दे पूरा होता है, रहने नहीं होएगा, 1930 हो गया, हाँ पाया 20,19,430 का 209 लीटर तेल। लो जी पहुँच गए आप इतने मंडसौर तो पिछे, रोटी लगे खाण, तो गड्डी खड़ी अपनी उत्थे सामने, तरपाला अपनी सारिया इधर आ गई, पर नारियल नंगा हो गया, तरपाला करते हैं सैट, तो जे इत्थे तक किसी बाई नूं वीडियो वधिया लगी होई लाइक शेयर कमेंट जरूर कर दिओ, चैनल नूं कर दिओ सबसक्राइब, मिलते हैं अगली वीडियो च, अपना ख्याल रखो, चाह भी लिया दे यार एक, हाँ अपना ख्याल रखो, अपने परिवार का ख्याल रखो, रब रखा, सत श्री अकाल, बाय बाय।